ਪੰਜਾਬ ਰਾਜ ਦੇ ਚਾਰ ਨਗਰ ਨਿਗਮ ਜਲੰਧਰ ਲੁਧਿਆਣਾ ਅੰਮ੍ਰਿਤਸਰ ਅਤੇ ਪਟਿਆਲਾ ਦੇ ਵਿੱਚ ਚੋਣਾਂ ਜੂਨ ਦੇ ਵਿੱਚ ਹੋਣਗੀਆਂ, ਜਦੋਂ ਕਿ 6 ਨਗਰ ਨਿਗਮਾਂ ਦੀਆਂ ਚੋਣਾਂ 2019 ਦੇ ਵਿੱਚ ਹੋਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਕੈਪਟਨ ਅਮਰਿੰਦਰ ਸਿੰਘ ਦੇ ਅਨੁਸਾਰ ਇਸ ਸਮੇਂ ਪੰਜਾਬ ਦੇ ਵਿੱਚ 2,50,000 ਕਰੋੜ ਰੁਪਏ ਦੇ ਕਰਜ਼ ਚੜਿਆ ਹੋਇਆ ਹੈ। ਵਿਧਾਨ ਸਭਾ ਦੇ ਸ਼ੁਰੂਆਤੀ ਬਜਟ ਸੈਸ਼ਨ ਵਿੱਚ ਇਸ ਬਾਰੇ ਸ਼ਵੇਤ ਪੱਤਰ ਲਿਆਉਣ ਦੀ ਤਿਆਰੀ ਵੀ ਚੱਲ ਰਹੀ ਹੈ। ਇਸ ਲਈ ਹਾਲੇ ਸਿਰਫ 4 ਨਗਰ ਜਲੰਧਰ ਲੁਧਿਆਣਾ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਜੂਨ ਦੇ ਵਿੱਚ ਹੋਣਗੀਆਂ, ਜਦੋਂ ਕਿ ਬਾਕੀ ਦੇ 6 ਨਗਰ ਨਿਗਮਾਂ ਦੀਆਂ ਚੋਣਾਂ 2019 ਦੇ ਵਿੱਚ ਹੋਣਗੀਆਂ।